ਟੂ ਪੈਕ ਸ਼ੂਕਰ ਦੀ ਟੂ ਪੈਕ ਸ਼ੂਕਰ ਜਿਹੜਾ ਜੀ ਗਾਇਕੀ ਦੇ ਵਿੱਚ ਇੱਕ ਬਹੁਤ ਵੱਡਾ ਸਟਾਰ ਮੰਨਿਆ ਜਾਂਦਾ ਅਮਰੀਕਾ ਦਾ ਇੱਕ ਰੈਪਰ 25 ਸਾਲਾਂ ਦੀ ਉਮਰ ਸੀ ਉਹਦੀ ਬੜਾ ਨਾਂ ਕਮਾਇਆ ਸੀ ਲਾਸ ਵੇਗਸ ਸਟ੍ਰਿਪ ਦੇ ਵਿੱਚ ਉਹਨੂੰ ਜਿਹੜਾ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀਗਾ 7 ਸਤੰਬਰ 1996 ਨੂੰ ਸੋ 27 ਸਾਲ ਦੇ ਕਰੀਬ ਸਮਾਂ ਜਿਹੜਾ ਬੀਤ ਚੁੱਕਾ ਆ ਪਰ ਉਹਦੇ ਕਾਤਲ ਹਲੇ ਤੱਕ ਫੜੇ ਨਹੀਂ ਗਏ ਬਹੁਤ ਸਾਰੇ ਜਿਹੜੇ ਨਵੇਂ ਸਿੰਗਰ ਨੇ ਉਹ ਟੂ ਪੈਕ ਸ਼ੁਕਾਰ ਨੂੰ ਆਪਣਾ ਆਦਰਸ਼ ਮੰਨਦੇ ਆ ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬੀਆਂ ਦੇ ਵਿੱਚ ਵੀ ਬਹੁਤ ਸਾਰੇ ਰੈਪਰ ਆ ਜਿਹੜੇ ਉਸ ਤੋਂ متاثر ਆ ਉਹਨੂੰ ਆਪਣਾ ਆਦਰਸ਼ ਮੰਨਦੇ ਆ ਤੇ ਉਹੋ ਜਿਹਾ ਬਣਨਾ ਉਹੋ ਜਿਹਾ ਪ੍ਰਸਿੱਧ ਹੋਣਾ ਚਾਹੁੰਦੇ ਆ ਸੋ ਇਹ ਜਿਹੜਾ 96 ਦੇ ਵਿੱਚ ਕਤਲ ਹੋਇਆ ਸੀ ਜਦੋਂ ਉਹ 10 ਗੱਡੀਆਂ ਦੇ ਕਾਫਲੇ ਦੇ ਨਾਲ ਜਾ ਰਿਹਾ ਸੀ ਤੇ ਇੱਕ ਕੈਡਲਿਕ ਕਾਰ ਜਿਹੜੀ ਆ ਉਹ ਆਖਿਰ ਉਹੀ ਗੱਡੀਆਂ ਦੇ ਉੱਤੇ ਉਹਦੇ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਆ ਜਿਹੜੀਆਂ ਕਿ ਬਹੁਤ ਜ਼ਿਆਦਾ ਲੱਗੀਆਂ ਉਸ ਤੋਂ ਬਾਅਦ 7 ਦਿਨ ਜ਼ਖਮੀ ਹਾਲਤ ਵਿੱਚ ਰਹਿਣ ਤੋਂ ਬਾਅਦ ਇਹ ਨੌਜਵਾਨ ਗਾਇਕ ਦਮ ਤੋੜ ਗਿਆ ਸੀ ਅਮਰੀਕਾ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਹਜੇ ਤੱਕ ਉਹਦੇ ਕਾਤਲ ਨਹੀਂ ਫੜੇ ਜਾ ਸਕੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਹੜਾ ਟੂ ਪੈਕ ਸ਼ੁਕਾਰ ਵੀ ਸੀਗਾ ਇਹ ਵੀ ਆਪਣੇ ਲੋਕਾਂ ਲਈ ਆਉਂਦਾ ਸੀ ਜੋ ਲੋਕਾਂ ਦੇ ਨਾਲ ਕਾਲਿਆਂ ਲੋਕਾਂ ਦੇ ਨਾਲ ਧੱਕਾ ਹੋਇਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਗੁਲਾਮ ਬਣਾ ਕੇ ਲੈਂਦਾ ਗਿਆ ਉਸ ਤੋਂ ਬਾਅਦ ਦੇ ਵਿੱਚ ਗਰਾਂਮਾ ਵਰਗਾ ਵਤੀਰਾ ਕਰਦੇ ਉਹਨਾਂ ਦੀ ਜਿਹੜੀ ਜ਼ਿੰਦਗੀ ਜ਼ਲਾਲਤ ਭਰੀ ਗਜ਼ਾਰਨੀ ਪਈ ਉਹ ਉਹਦੇ ਕਿਆ ਗੱਲਾਂ ਹੋ ਆਪਣੇ ਗੀਤਾਂ ਦੇ ਵਿੱਚ ਕਰਦਾ ਹੁੰਦਾ ਸੀ ਸੋ ਇਹ ਕੇਸ ਜਿਹੜਾ ਹਜੇ ਤੱਕ ਸੋਲਵ ਨਹੀਂ ਹੋ ਸਕਿਆ ਸੀ ਹੁਣ ਲਾਸ ਵੇਗਸ ਦੀ ਪੁਲਿਸ ਨੇ ਇਹ ਗੱਲ ਆਖੀ ਆ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਜਿਹੜਾ ਗ੍ਰਫਤਾਰ ਕੀਤਾ ਸ਼ਾਇਦ ਇਹ ਇੱਕ ਇਹੋ ਜਿਹਾ ਵਿਅਕਤੀ ਆ ਜਿਹੜਾ ਹੁਣ ਤੱਕ ਇਹ ਕਹਿੰਦਾ ਆ ਰਿਹਾ ਕਿ ਮੈਂ ਇਸ ਕਤਲकांड ਦਾ ਇੱਕੋ ਇੱਕ ਬਚਿਆ ਹੋਇਆ ਗਵਾਹ ਆ ਬਾਕੀ ਸਾਰੇ ਮਾਰੇ ਜਾ ਚੁੱਕੇ ਆ ਇਹਦਾ ਨਾਮ ਡੁਵੈਨ ਡੇਵਿਸ ਦੱਸਿਆ ਗਿਆ ਆ ਸਵੇਰੋਂ ਫ੍ਰਾਈਡੇ ਸਵੇਰੇ ਅੱਜ ਸਵੇਰੇ ਜਾਨਕੀ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹਾਲੇ ਤੱਕ ਇਹ ਚਾਰਜ ਨਹੀਂ ਲਾਏ ਗਏ ਦੱਸਿਆ ਜਾਊਗਾ ਕਿ ਇਹਨੂੰ ਕਿਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਪੁਲਿਸ ਦੇ ਨਾਲ ਕਈ ਵਾਰੀ ਇੰਟਰਵਿਊਜ਼ ਵਗੈਰਾ ਕਰ ਚੁੱਕੀ ਆ ਕੁਝ ਸਾਲ ਪਹਿਲਾਂ ਇਹਨੇ ਟੀਵੀ ਦੇ ਉੱਤੇ ਇੰਟਰਵਿਊਜ਼ ਦਿੰਦਾ ਖਲਾਸਾ ਕੀਤਾ ਸੀ ਜਦੋਂ ਇਹ ਕੈਂਸਰ ਦਾ ਮਰੀਜ਼ ਬਣ ਗਿਆ ਸੀ ਇਹਨੂੰ ਲੱਗਦਾ ਸੀ ਵੀ ਸ਼ਾਇਦ ਮੇਰੀ ਜ਼ਿੰਦਗੀ ਹੁਣ ਕੋਈ ਬਹੁਤੀ ਨਹੀਂ ਆ ਸੋ ਉਦੋਂ ਇਹਨੇ ਦੱਸਿਆ ਸੀ ਕਿ ਮੈਂ ਉਸ ਕੈਟਲਕ ਕੱਡੀ ਦੇ ਵਿੱਚ ਸਵਾਰ ਸੀ ਜਦੋਂ ਟੂ ਪੈਕ ਸ਼ੂਕਰ ਨੂੰ ਗੋਲੀਆਂ ਮਾਰੀਆਂ ਗਈਆਂ ਉਹ ਕਹਿੰਦਾ ਮੇਰਾ ਭਤੀਜਾ ਤੇ ਇੱਕ ਹੋਰ ਜਣਾ ਗੱਡੀ ਦੀ ਪਿਛਲੀ ਸੀਟ ਤੇ ਬੈਠੇ ਸੀ ਉਹਨਾਂ ਦੇ ਵਿੱਚੋਂ ਕਿਸੇ ਨੇ ਗੋਲੀਆਂ ਚਲਾਈਆਂ ਤੇ ਸ਼ਾਇਦ ਇਹ ਕੰਮ ਜਿਹੜਾ ਆ ਉਹਦੇ ਭਤੀਜੇ ਬੇਬੀ ਲੇਨ ਵਜੋਂ ਜਾਣੇ ਜਾਂਦੇ ਵਿਅਕਤੀ ਔਰ ਲੈਂਡੋ ਐਂਡਰਸਨ ਦਾ ਸੀਗਾ ਸੋ ਐਂਡਰਸਨ ਨੂੰ ਇੱਕ ਗੈਂਗਵਾਰ ਦੇ ਵਿੱਚ 2 ਸਾਲ ਬਾਅਦ ਕੈਲੀਫੋਰਨੀਆ ਦੇ ਕ੍ਰੌਂਪਟਨ ਸ਼ਹਿਰ ਵਿੱਚ ਮਾਰ ਦਿੱਤਾ ਗਿਆ ਸੀ ਦੋਸਤੋ ਬਾਅਦ ਦੇ ਵਿੱਚ ਗੱਲ ਕਿਸੇ ਤਣਾਪਤਨ ਨਹੀਂ ਲੱਗੀ ਹੁਣ ਡੇਵਿਸ ਦੇ ਇਸ ਖਲਾਸੇ ਤੋਂ ਬਾਅਦ ਪੁਲਿਸ ਹੋਰ ਜਾਂਚ ਕਰ ਰਹੀ ਸੀ ਸੋ ਜਾਪਦਾ ਹੈ ਕਿ ਪੁਲਿਸ ਦੇ ਹੱਥ ਕੋਈ ਤਾਜ਼ਾ ਸਬੂਤ ਲੱਗੇ ਆ ਜਿਸ ਤੋਂ ਬਾਅਦ ਡੇਵਿਸ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਹਦਾ ਇਹੀ ਕਹਿਣਾ ਕਿ ਮੈਂ ਉਸ ਵੇਲੇ ਗੱਡੀ ਦੇ ਵਿੱਚ ਮੋਰੇ ਬੈਠਾ ਸੀਗਾ ਉਸੇ ਗੱਡੀ ਵਿੱਚੋਂ ਗੋਲੀਆਂ ਚੱਲੀਆਂ ਜਿਹਦੇ ਵਿੱਚ ਮੈਂ ਬੈਠਾ ਸੀਗਾ ਮਗਰ ਦੋ ਜਣੇ ਬੈਠੇ ਸੀਗੇ ਮੇਰਾ ਭਤੀਜਾ ਐਂਡਰਸਨ ਮੈਨੂੰ ਉੱਤੇ ਸ਼ੱਕਿਆ ਵੀ ਉਹਨੇ ਗੋਲੀਆਂ ਮਾਰੀਆਂ ਹੁਣ ਪੁਲਿਸ ਜਿਹੜੀ ਸਬੰਧੀ ਕੀ ਜਾਂਚ ਕਰਦੀ ਆ ਕੀ ਗੱਲਬਾਤ ਬਾਹਰ ਲਿਆਉਂਦੀ ਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਦਿਲਚਸਪ ਗੱਲ ਆ ਕਿਉਂਕਿ ਕੱਲਾ ਅਮਰੀਕਾ ਹੀ ਨਹੀਂ ਪੂਰੇ ਸੰਗੀਤ ਜਗ ਦੁਨੀਆ ਭਰ ਦੇ ਵਿੱਚ ਟੂ ਪੈਕ ਸ਼ੁਕਾਰ ਇੱਕ ਬਹੁਤ ਵੱਡਾ ਨਾਮ ਆ ਤੇ ਉਹਦੇ ਕਤਲ ਸੰਬੰਧੀ ਕੋਈ ਵੀ ਗੱਲ ਜਿਹੜੀ ਹੁਣ ਬਾਹਰ ਆਉਣੀ ਆ ਉਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪੀ ਨਾਲ ਵਾਚੀ ਜਾਊਗੀ ਆ ਸਿੱਧੂ ਮਸੇਵਾਲਾ ਗਾਇਕ ਜਿਹੜਾ ਉਹ ਵੀ ਇਤੋਂ ਕਾਫੀ ਪ੍ਰਭਾਵਸ਼ਾਲ ਸੀਗਾ ਇਸੇ ਕਰਕੇ ਉਹਦਾ ਜਿਹੜਾ ਅੰਤ ਆ ਉਹਨੂੰ ਵੀ ਕਈ ਵਾਰੀ ਟੂ ਪੈਕ ਸ਼ੁਕਾਰ ਦੇ ਨਾਲ ਮਿਲ ਕੇ ਦੇਖਿਆ ਜਾਂਦਾ ਵੀ ਭਾਰ ਜਵਾਨੀ ਦੇ ਵਿੱਚ ਜਿਵੇਂ ਟੂ ਪੈਕ ਸ਼ੁਕਾਰ ਦਾ ਕਤਲ ਹੋਇਆ ਉਵੇਂ ਹੀ ਸਿੱਧੂ ਮਸੇਵਾਲਾ ਦਾ ਕਤਲ ਹੋਇਆ ਕਿਉਂਕਿ ਉਹ ਵੀ ਖੇਤ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੀ ਗੱਲ ਕਰਨ ਲੱਪਿਆ ਸੀਗਾ ਆਪਣੇ ਨਾਲ ਹੋਏ ਧੱਕਿਆਂ ਦੀ ਗੱਲ ਕਰਨ ਲੱਪਿਆ ਸੀ 295 S.Y.L ਲਗਾਣੇ ਇਹਦੀ ਉਦਾਹਰਨ ਹੈ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ